ਜਦੋਂ ਬੇਇੰਤਹਾ ਕਿਸੇ ਨੂੰ ਮੁਹੱਬਤ ਕਰਦੇ ਹੋ ਤੁਸੀਂ, ਜਦ ਕਿਸੇ ਦੇ ਬੇਇੰਤਹਾ ਮੁਹੱਬਤ ਕਰਦੇ ਹੋ ਤਾਂ ਸਭ ਕੁਛ ਕਰਨੇ ਕੋ ਤਿਆਰ ਹੁੰਦੇ ਹੋ। ਤਾਂ ਉਸਕੇ ਲਈ ਚਾਰ ਗਾਣੇ ਲਿਖੇ, ਠੀਕ ਹੈ, ਮੁਹੱਬਤ ਤੁਮ ਹੋ ਅਲਫਾਜ਼ ਮੈਂ ਬਣ ਜਾਊਂਗਾ, ਮੁਹੱਬਤ ਤੁਮ ਹੋ ਅਲਫਾਜ਼ ਮੈਂ ਬਣ ਜਾਊਂਗਾ, ਸਕੂਨ ਤੁਮ ਹੋ ਅਹਿਸਾਸ ਮੈਂ ਬਣ ਜਾਊਂਗਾ, ਪਿਆਰ ਇਤਨਾ ਹੈ ਤੁਮਸੇ, ਪਿਆਰ ਇਤਨਾ ਹੈ ਤੁਮਸੇ, ਅਗਰ ਦਗਾ ਤੁਮ ਕਰੋ ਤੋ ਧੋਖੇਬਾਜ਼ ਮੈਂ ਬਣ ਜਾਊਂਗਾ। ਜੋ ਲੋਕ ਯਹਾਂ ਬੈਠੇ ਹੈ ਸੁਣਨੇ ਕੇ ਲਿਏ ਸੁਣੋ ਨਾ। ਜਬ ਪਹਿਲੀ ਵਾਰ ਤੁਝਸੇ ਰੂਬਰੂ ਹੁਆ ਤੋ ਲਗਾ ਆਪਣਾ ਮਿਲਾ ਹੈ, ਜਬ ਬਾਤ ਹੋਣੀ ਸ਼ੁਰੂ ਹੋਈ ਤੋ ਲਗਾ ਕਿ ਦੇਖਾ ਹੁਆ ਸਪਨਾ ਮਿਲਾ ਹੈ। ਉਸ ਰਾਤ ਯਾ ਆਂਖੇ ਨਾ ਜਾਣੇ ਨਮ ਸੀ ਕਿਉਂ ਹੋਈ ਆਪਣੀ ਬਾਤੇ, ਉਸ ਰਾਤ ਨਾ ਜਾਣੇ ਯਾ ਆਂਖੇ ਨਮ ਸੀ ਕਿਉਂ ਹੋਈ ਆਪਣੀ ਬਾਤੇ, ਆਪਣੇ ਆਪ ਸੇ ਗੁੰਮ ਸੀ ਕਿਉਂ ਹੋਈ, ਅਬ ਤੂੰ ਸੋਚ ਰਹੀ ਹੈ ਕਿ ਪਾਗਲ ਹੂੰ ਮੈਂ, ਪਰ ਸੁਣੋ ਨਾ ਪਾਗਲ ਨਹੀਂ ਬਸ ਪਿਆਰ ਨਹੀਂ। ਕਿਤਨਾ ਬੇਵਕੂਫ ਹੂੰ ਮੈਂ, ਪਰ ਸੁਣੋ ਨਾ ਤੇਰੀ ਹਰ ਬਾਤ ਜ਼ਰੂਰੀ ਲੱਗ ਰਹੀ ਥੀ, ਆਪਣੀ ਹਰ ਜ਼ਰੂਰੀ ਬਾਤ ਬੇਫਜ਼ੂਲ ਲੱਗ ਰਹੀ ਥੀ, ਤੇਰਾ ਇੱਕ ਇੱਕ ਪਲ ਕੀਮਤੀ ਲੱਗ ਰਿਹਾ ਥਾ, ਤੇਰਾ ਇੱਕ ਪਲ ਕੀਮਤੀ ਲੱਗ ਰਿਹਾ ਥਾ, ਮੇਰਾ ਕੀਮਤੀ ਪਲ ਬਸ ਤੇਰਾ ਲੱਗ ਰਿਹਾ। ਅਬ ਤੁਮ ਸੋਚ ਰਹੀ ਹੋ ਕਿਤਨਾ ਬੇਅਕਲ ਹੂੰ, ਅਬ ਤੁਮ ਸੋਚ ਰਹੀ ਹੋ ਕਿ ਕਿਤਨਾ ਬੇਅਕਲ ਹੂੰ ਮੈਂ, ਪਰ ਸੋ ਨਾ ਬੇਅਕਲ ਨਹੀਂ ਬਸ ਪਿਆਰ ਕਰਨਾ।